ਫਾਜ਼ਿਲਕਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਰਾਤ 12 ਵਜੇ ਥਾਣਾ ਸਿਟੀ ਪੁਲਿਸ ਨੇ ਲਗਾਇਆ ਨਾਕਾ। ਤਿੰਨ ਵਹੀਕਲਾਂ ਦੇ ਕੱਟੇ ਚਲਾਨ। ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਬੀਤੀ ਰਾਤ 12 ਵਜੇ ਥਾਣਾ ਸਿਟੀ ਦੇ ਐਸਐਚਓ ਚੰਦਰ ਸ਼ੇਖਰ ਵੱਲੋਂ ਬੱਤੀਆਂ ਵਾਲੇ ਚੌਂਕ ਦੇ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਇੱਥੋਂ ਲੰਘਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਤਿੰਨ ਬਿਨਾਂ ਨੰਬਰੀ ਮੋਟਰਸਾਈਕਲਾਂ ਦੇ ਚਲਾਨ ਵੀ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਚੰਦਰ ਸ਼ੇਖਰ ਨੇ ਕਿਹਾ ਕਿ ਇਹ ਸਮਾਜਿਕ ਤੱਤਵਾਂ ਦੇ ਖਿਲਾਫ ਅਫਸਰਾਂ ਦੇ ਹੁਕਮ ਦੇ ਤਹਿਤ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ, ਜਿਸ ਦੇ ਤਹਿਤ ਰਾਤ 12 ਵਜੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਤਿੰਨ ਵਹੀਕਲਾਂ ਦੇ ਚਲਾਨ ਵੀ ਕੱਟੇ ਗਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਾਰਵਾਈ ਜਾਰੀ ਹੈ ਅਤੇ ਹੋਰ ਵੀ ਵਹੀਕਲਾਂ ਦੀ ਚੈਕਿੰਗ ਉਹਨਾਂ ਵੱਲੋਂ ਕੀਤੀ ਜਾਏਗੀ। ਜੀ, ਅੱਜ ਅਸੀਂ ਰੈੱਡ ਲਾਈਟ ਚੌਂਕ, ਜਿਹੜਾ ਕਿ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਜਿਹੜਾ ਬਿਲਕੁਲ ਹੀ ਨਜ਼ਦੀਕ ਹੈ, ਅੱਜ ਉੱਥੇ ਅਸੀਂ ਜਿਹੜਾ ਨਾਕਾ ਲਗਾਇਆ ਹੋਇਆ ਅਤੇ ਨਾਕੇ 'ਤੇ ਅਸੀਂ ਜਿਹੜੇ ਹਰ ਇੱਕ ਵਹੀਕਲ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਅਤੇ ਜਿਹੜਾ ਕੋਈ ਸ਼ੱਕੀ ਵਹੀਕਲ ਹੁੰਦਾ ਉਸ ਨੂੰ ਅਸੀਂ ਥੋਰਲੀ ਜਿਹੜਾ ਡੀਪਲੀ ਡੂੰਘਾਈ ਦੇ ਵਿੱਚ ਜਾ ਕੇ ਚੈੱਕ ਕਰ ਰਹੇ ਹਾਂ ਔਰ ਜਿਹੜੇ ਕੋਈ ਵਾਇਲੇਟਰਸ ਨੇ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਹਾਂ। ਸਰ, ਕਿੰਨੇ ਚਲਾਨ ਕੱਟੇ ਗਏ ਨੇ ਹੁਣ? ਜੀ, ਹੁਣ ਤੱਕ ਜਿਹੜੇ 3 ਚਲਾਨ ਹੋ ਚੁੱਕੇ ਨੇ ਅਤੇ ਨਾਕਾ ਜਾਰੀ ਹੈ। ਬਾਕੀ ਤੁਹਾਨੂੰ ਪਤਾ ਟਾਈਮ ਹੁਣ ਜਿਹੜਾ 12:15 ਤੋਂ ਵੀ ਉੱਪਰ ਹੋ ਗਿਆ ਅਤੇ ਇਹ ਹੋਰ ਵੀ ਜਿਹੜੇ ਆਉਣ ਵਾਲੇ ਟਾਈਮ ਤੱਕ ਵੀ ਨਾਕਾ ਚੱਲੂਗਾ। ਸਰ, ਕੀ ਹਦਾਇਤਾਂ ਜਾਰੀ ਕਰੋਗੇ ਰਾਤ ਨੂੰ ਜਿਹੜੇ ਲੋਕ ਜਾਂਦੇ ਨੇ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਹਦਾਇਤਾਂ ਤੁਹਾਡੇ ਵੱਲੋਂ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਹਰ ਇੱਕ ਨਾਗਰਿਕ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਸੁਚੇਤ ਰਹਿਣ, ਡਰ ਦੀ ਭਾਵਨਾ ਮਨ ਵਿੱਚ ਨਾ ਰੱਖਣ, ਬਟ ਅਲਰਟ ਰਹਿਣਾ ਬਿਲਕੁਲ ਜ਼ਰੂਰੀ ਹੈ। ਉਸੇ ਕੰਡੀਸ਼ਨ ਦੇ ਵਿੱਚ ਹੀ ਅਸੀਂ ਨਿਕਲੀਏ ਵੀ ਸਾਨੂੰ ਜੇ ਕੋਈ ਜ਼ਿਆਦਾ ਐਮਰਜੈਂਸੀ ਹੈ ਤਾਂ ਘਰ ਤੋਂ ਬਾਹਰ ਨਿਕਲੀਏ ਰਾਤ ਨੂੰ, ਕਿਉਂਕਿ ਜੇਕਰ ਅਸੀਂ ਵੈਰੀਫਾਈ ਕਰਦੇ ਹਾਂ ਤਾਂ ਫਿਰ ਕਿਸੇ ਕੋਲ ਕਾਗਜ਼ਾਤ ਨਹੀਂ ਹੁੰਦੇ ਜਾਂ ਉਹ ਕਿਸੇ ਦੁਵਿਧਾ ਦੇ ਵਿੱਚ ਆ ਜਾਂਦੇ ਹਨ। ਔਰ ਜਿਹੜਾ ਗੈਰ ਟਾਈਮ ਹੁੰਦਾ ਅਤੇ ਗੈਰ ਟਾਈਮ ਦੇ ਵਿੱਚ ਜਿਹੜੀ ਸਾਡੀ ਸਖਤੀ ਜ਼ਿਆਦਾ ਹੋ ਜਾਂਦੀ ਹੈ। ਇਸ ਕਰਕੇ ਮੇਰੀ ਜਿਹੜੀ ਅਪੀਲ ਹੈ ਆਮ ਪਬਲਿਕ ਨੂੰ ਵੀ ਪਹਿਲੀ ਗੱਲ ਤਾਂ ਬੇਟਾਈਮ ਘਰ ਤੋਂ ਨਾ ਨਿਕਲਣ, ਅਗਰ ਘਰ ਤੋਂ ਨਿਕਲਦੇ ਹਨ ਤਾਂ ਆਪਣੇ ਜਿਹੜੇ ਡਾਕੂਮੈਂਟਸ ਵਗੈਰਾ ਉਹ ਜ਼ਰੂਰ ਨਾਲ ਲੈ ਕੇ ਚੱਲਣ, ਸੋ ਦੈਟ ਅਸੀਂ ਚੈੱਕ ਕਰਕੇ ਉਹਨਾਂ ਨੂੰ ਨਾਲ ਦੀ ਨਾਲ ਹੀ ਅਸੀਂ ਜਿਹੜਾ ਫਰਕ ਕਰ ਸਕੀਏ। ਥੈਂਕ ਯੂ ਸਰ।